ਸਤਕਾਰਯੋਗ ਅਧਿਆਪਕ ਸਾਥੀਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ 2364 ਰਿਕਰੂਟਮੈਂਟ ਦੀ ਜੱਜਮੈਂਟ ਸਾਰੇ ਸਾਥੀਆਂ ਵੱਲੋਂ ਅਧਿਐਨ ਅਨਲਿਸਿਸ ਹੋ ਚੁੱਕੀ ਹੈ ਔਰ ਸਾਰੇ ਸਾਥੀਆਂ ਨੇ ਬਰੀਕੀ ਦੇ ਨਾਲ ਇੱਕ ਇੱਕ ਪੁਆਇੰਟ ਡਿਸਕਸ਼ਨ ਤੋਂ ਬਾਅਦ ਇਹ ਗੱਲ ਸਮਝੀ ਹੈ ਕਿ ਇਹ ਜਿਹੜੇ ਜੱਜਮੈਂਟ ਬਿਲਕੁਲ ਡਿਪਾਰਟਮੈਂਟ ਦੇ ਉਲਟ ਗਈ ਹੈ ਇਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਡਿਪਾਰਟਮੈਂਟ ਦੀਆਂ ਨਲਾਇਕੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਔਰ ਸਭ ਤੋਂ ਵੱਡੀ ਨਲਾਇਕੀ ਬੋਰਡ ਦੀ ਹੈ ਕਿ ਹਜੇ ਤੱਕ ਜਿਹੜਾ ਇਹ ਜਿੰਨੀਆਂ ਵੀ ਰਿਕਰੂਟਮੈਂਟ ਚਾਹੇ ਮਾਸਟਰ ਕੀਡਰ ਦੀਆਂ ਹੋਈਆਂ ਨੇ ਚਾਹੇ ਈਟੀਟੀ ਦੀਆਂ ਦੋ ਰਿਕਰੂਟਮੈਂਟ ਆਈਆਂ ਨੇ ਜਾਂ ਕੋਈ ਐਂਟੀਟੀ ਵੀ ਆਈ ਹੈ ਇਹਦੇ ਵਿੱਚ ਜਿਹੜੇ ਬੋਰਡ ਦੇ ਜਿਹੜੇ ਅਖਤਿਆਰ ਹੈ ਉਹਨਾਂ ਦੀ ਦਰਵਰ ਤੋਂ ਐਜੂਕੇਸ਼ਨਲ ਰਿਕਰੂਟਮੈਂਟ ਬੋਰਡ ਵੱਲੋਂ ਹੋ ਰਹੀ ਹੈ ਕਿ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਜਿਹੜਾ ਹੈ ਉਹਨੂੰ ਕੋਈ ਅਥਾਰਟੀ ਨਹੀਂ ਹੈ ਉਹਦੇ ਦੁਆਰਾ ਹੀ ਜਿਹੜੇ ਸਾਰੇ ਨੋਟੀਫਿਕੇਸ਼ਨ ਜਿਹੜੇ ਆ ਰਹੇ ਆ ਜੱਤ ਸਾਹਿਬ ਦੇ ਜਦੋਂ ਇਹ ਗੱਲ ਦਿਮਾਗ 'ਚ ਪਈ ਤੇ ਉਹਨਾਂ ਨੇ ਜਿਹੜੀ ਹੈ ਐਡਵਰਟਾਈਜ਼ਮੈਂਟ ਦੇ ਨੋਟੀਫਿਕੇਸ਼ਨਾਂ ਦੇ ਨਾਲ-ਨਾਲ ਜਿਹੜੀ ਹੈ ਐਡਵਰਟਾਈਜ਼ਮੈਂਟ ਉੱਤੇ ਸਵਾਲੀਆ ਨਿਸ਼ਾਨ ਲਗਾਇਆ ਹੈ ਹੁਣ ਸਾਥੀਓ ਵਿਸਤਾਰਪੂਰਵਕ ਇਹਦੇ ਵਿੱਚ ਆਪਾਂ ਗੱਲ ਕਰਦੇ ਆਂ ਨਲੈਕੀ ਡਿਪਾਰਟਮੈਂਟ ਦੀ ਸੀ ਔਰ ਜਿਹੜੀਆਂ ਹੋਰ ਵੀ ਰਿਕਰੂਟਮੈਂਟਾਂ ਹੋਈਆਂ ਨੇ ਉਹਨਾਂ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਜਿਹੜੇ ਉਹ ਸਾਰਿਆਂ ਦੇ ਉੱਤੇ ਲੱਗ ਚੁੱਕੇ ਨੇ ਜੱਜਮੈਂਟ ਨੂੰ ਜਦੋਂ ਤੁਸੀਂ ਸਾਰੇ ਸਾਥੀ ਗੌਰ ਦੇ ਨਾਲ ਸਟੈਪ ਬਾਈ ਸਟੈਪ ਜਿੰਨੇ ਪੀਸ ਐ ਦੇਖੋਗੇ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਜਿਹੜਾ ਦਸੰਬਰ ਚ ਲੱਗੇ ਸੀ ਕੇਸ 22390 ਉਹ ਲੱਗੇ ਸੀ ਵਲੰਟੀਅਰ ਦੀਆਂ ਐਗਜ਼ੈਂਪਸ਼ਨਸ ਨੂੰ ਹਟਾਉਣ ਲਈ ਅਮਨ ਜਿੰਦਲ ਦਾ ਜਿਹੜਾ ਕੇਸ ਸੀ ਉਹ ਵੀ ਵਲੰਟੀਅਰ ਦੇ ਉੱਤੇ ਸੀ ਵੀ ਇਹਨਾਂ ਦੀਆਂ ਜਿੰਨੀਆਂ ਐਗਜ਼ੈਂਪਸ਼ਨਸ ਨੇ 10 ਨੰਬਰ ਨੇ ਉਹ ਸਾਰੇ ਨੌਨ ਟੈਟ ਹਟਾਏ ਜਾਣ ਜਿਹੜਾ ਦਲਜੀਤ ਕੋਰਨ ਅਦਰ ਕੇਸ ਸੀ ਜਿਹੜੇ ਕੇਸ ਦੇ ਉੱਤੇ ਸਟੇ ਸੀ ਉਹ ਗ੍ਰੈਜੂਏਸ਼ਨ ਦੇ ਨੰਬਰਾਂ ਨੂੰ ਲੈ ਕੇ ਲੱਗਾ ਸੀ ਇਕਵੈਲਟੀ ਬੇਸ ਜਿਹੜੀ ਆ ਉਹ ਤੁਸੀਂ ਜਾਂ ਤੇ ਸਾਰਿਆਂ ਨੂੰ ਨੰਬਰ ਦੋ ਜਾਂ ਫਿਰ ਸਰਵਿਸ ਰੂਲ ਦੇ ਅਕੋਰਡਿੰਗ ਸਾਰਿਆਂ ਦੇ ਨੰਬਰ ਹਟਾ ਦਿਓ ਹੁਣ ਜਿਹੜਾ ਜੱਜ ਸਾਹਿਬ ਉਹਨਾਂ ਨੇ ਫੈਸਲਾ ਜਿਹੜਾ ਹੈ ਉਹ ਨਿਆਂਪੂਰਵਕਤਾ ਉਹਦੇ ਵਿੱਚ ਦੇ ਦਿੱਤਾ ਕਿ ਮੈਰਿਟ ਬੇਸ ਜਿਹੜੀ ਰਿਕਰੂਟਮੈਂਟ ਸਾਰੀ ਹੋਣੀ ਚਾਹੀਦੀ ਹੈ ਸਰਵਿਸ ਰੂਲ ਜਿਹੜੇ ਫਰਵਰੀ 2020 ਚ ਆਏ ਸੀ ਉਹਦੇ ਅਕੋਰਡਿੰਗ ਲੇਕਿਨ ਸਵਾਲੀਆ ਨਿਸ਼ਾਨ ਜਿਹੜਾ ਹੈ ਉਹ ਬੋਰਡ ਦੇ ਉੱਤੇ ਲਗਾ ਦਿੱਤਾ ਕੀ ਬੋਰਡ ਜਿਹੜਾ ਸੀ ਉਹਦੇ ਵੱਲੋਂ ਕੋਈ ਅਥਾਰਟੀ ਜਿਹੜੀ ਯਾ ਰਿਕਰੂਟਮੈਂਟ ਬੋਰਡ ਨੂੰ ਨਹੀਂ ਸੀ ਔਰ ਰਿਕਰੂਟਮੈਂਟ ਬੋਰਡ ਜਿਹੜਾ ਹੈ ਆਪਣੀ ਮਰਜ਼ੀ ਦੇ ਨਾਲ ਗੈਰ ਵਿਧਾਨਕ ਗੈਰ ਨੀਤੀਗਤ ਨੀਤੀਆਂ ਬਣਾਉਂਦਾ ਰਿਹਾ ਔਰ ਰਿਕਰੂਟਮੈਂਟਾਂ ਦੇ ਉੱਤੇ ਥੋਪਦਾ ਰਿਹਾ ਔਰ ਜਿੰਨੀਆਂ ਵੀ ਮਾਸਟਰ ਕਾਡਰ ਦੀਆਂ ਰਿਕਰੂਟਮੈਂਟਾਂ ਆਈਆਂ ਨੇ ਜਾਂ ਆਈਟੀਟੀ ਦੀਆਂ ਦੋ ਰਿਕਰੂਟਮੈਂਟਾਂ ਆਈਆਂ ਨੇ ਜਾਂ ਕੋਈ ਐਂਟੀਟੀ ਦੀ ਜਿਹੜੀ ਐਡਵਰਟਾਈਜ਼ਮੈਂਟ ਆਈ ਹੈ ਇਹ ਸਾਰੀਆਂ ਜਿਹੜੀਆਂ ਰਿਕਰੂਟਮੈਂਟ ਬੋਰਡ ਵੱਲੋਂ ਹੋ ਰਹੀਆਂ ਨੇ ਔਰ ਇਹਨਾਂ ਸਾਰੀਆਂ ਦੇ ਉੱਤੇ ਸਵਾਲੀਆ ਨਿਸ਼ਾਨ ਜਿਹੜਾ ਲੱਗ ਚੁੱਕਾ ਹੁਣ ਜੇਕਰ ਜੱਜ ਸਾਹਿਬ ਵੱਲੋਂ ਇਹ ਜਿਹੜੀ ਐਡ ਹੈ ਹੁਣ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਵਿਚਾਰ ਡਿਸਕਸ਼ਨ ਹੋ ਗਈ ਹੈ ਕਿ ਰਿਕਰੂਟਮੈਂਟ ਰੱਦ ਹੋਈ ਹੈ ਤਾਂ ਬਹੁਤ ਹੱਦ ਤੱਕ ਜਿਹੜੀ ਇਹ ਗੱਲ ਸਹੀ ਵੀ ਹੈ ਲੇਕਿਨ ਜਦੋਂ ਤੁਸੀਂ ਸਾਰੇ ਜੱਜਮੈਂਟ ਆਰਡਰਸ ਨੂੰ ਬਰੀਕੀ ਦੇ ਨਾਲ ਦੇਖੋਗੇ ਉਹਦੇ ਵਿੱਚ ਹੀ ਇਹਦਾ ਹੱਲ ਲਿਖਿਆ ਹੋਇਆ ਹੈ ਅੱਜ ਸਵੇਰ ਤੋਂ ਹੀ ਬਹੁਤ ਸਾਰੇ ਐਡਵੋਕੇਟਸ ਦੇ ਨਾਲ ਸੰਪਰਕ ਵਿੱਚ ਆ ਔਰ ਬਹੁਤ ਸਾਰੇ ਸੀਨੀਅਰ ਐਡਵੋਕੇਟਸ ਦੇ ਨਾਲ ਵੀ ਜਿਹੜੇ ਇਸ ਜੱਜਮੈਂਟ ਨੂੰ ਲੈ ਕੇ ਬੜੀ ਲੰਬੀ ਡਿਸਕਸ਼ਨ ਹੋਈ ਹੈ ਔਰ ਇਹਦੇ ਜਿਹੜੇ ਸਾਰਥਕ ਨਤੀਜੇ ਆ ਔਰ ਇਸ ਦੇ ਹਲਦੀ ਗੱਲ ਅਸੀਂ ਲੱਭੀ ਹੈ ਔਰ ਉਹ ਸਾਰੀ ਜਿਹੜੀ ਗੱਲ ਹੈ ਸਾਰੇ ਸਾਥੀਆਂ ਦੇ ਨਾਲ ਡਿਸਕਸ ਹੋਏਗੀ ਉਸ ਤੋਂ ਪਹਿਲਾਂ ਜਿਹੜੀਆਂ ਇਹਦੀਆਂ ਗਰਾਉਂਡਸ ਨੇ ਉਹ ਵੀ ਸਾਰੇ ਸਾਥੀਆਂ ਦੇ ਨਾਲ ਅਸੀਂ ਸਟੈਪ ਬਾਈ ਸਟੈਪ ਸਾਰੇ ਸਾਥੀਆਂ ਨੂੰ ਦੱਸਦੇ ਆ ਹੁਣ ਸਾਥਿਓ ਸਟਾਰਟਿੰਗ ਤੋਂ ਗੱਲ ਕਰਦੇ ਆ ਜਦੋਂ ਆਪਾਂ ਬੋਰਡ ਦੀ ਗੱਲ ਕਰ ਰਹੇ ਆ ਐਕਚੁਅਲੀ ਚ ਬੋਰਡ ਹੁੰਦਾ ਕੀ ਹੈ ਸਿਲੈਕਸ਼ਨ ਬੋਰਡ ਜਿਹੜਾ ਹੈ ਉਹਦੇ ਵਿੱਚ ਜਿਵੇਂ 6 ਮੈਂਬਰੀ ਇੱਕ ਟੀਮ ਹੁੰਦੀ ਹੈ ਜਿਨ੍ਹਾਂ ਦੇ ਕੋਲ ਅਥਾਰਟੀ ਹੁੰਦੀ ਹੈ ਫਾਰ ਐਗਜ਼ਾਮਪਲ ਜਿਵੇਂ ਨੰਬਰ 1 ਦੇ ਉੱਤੇ ਸੈਕਟਰੀ ਐਜੂਕੇਸ਼ਨ ਹੋ ਗਿਆ ਹੈ ਦੂਸਰੇ ਨੰਬਰ ਦੇ ਉੱਤੇ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਹੈ ਡੀਪੀਆਈ ਐਲੀਮੈਂਟਰੀ ਹੈ ਇਹ ਸਾਰੇ ਬੋਰਡ ਦੇ ਮੈਂਬਰਸ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਵੀਸੀ ਹੈ ਜਿਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ ਔਰ ਹੋਰ ਵੀ ਯੂਨੀਵਰਸਟੀਆਂ ਦੇ ਜਿਹੜੇ ਵੀਸੀ ਹੁੰਦੇ ਨੇ ਜਿਨ੍ਹਾਂ ਨੂੰ ਮਤਲਬ ਇਹਦੇ ਵਿੱਚ ਸਿਲੈਕਸ਼ਨ ਬੋਰਡ ਦੇ ਵਿੱਚ ਸ਼ਾਮਲ ਕੀਤਾ ਹੁੰਦਾ ਹੈ ਉਹਦੇ ਵਿੱਚ ਰਿਕਰੂਟਮੈਂਟ ਬੋਰਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵਿੱਚੋਂ ਵੀ ਲਏ ਹੁੰਦੇ ਨੇ ਔਰ ਇਹਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਐਂਡ ਦੇ ਉੱਤੇ ਜਿਹੜੀ ਹੈ ਉਹ ਡੀਪੀਆਈ ਐਲੀਮੈਂਟਰੀ ਨੂੰ ਦਿੱਤੀ ਹੁੰਦੀ ਹੈ ਕਿ ਉਹ ਇੱਕ ਅਥਾਰਟੀ ਹੈ ਉਹਦੇ ਦੁਆਰਾ ਹੀ ਜਿਹੜੀ ਸਾਰੀ ਹੈ ਉਹ ਐਡਵਰਟਾਈਜ਼ਮੈਂਟ ਹੁੰਦੀ ਹੈ ਔਰ ਸਮੇਂ-ਸਮੇਂ ਦੇ ਉੱਤੇ ਜੋ ਵੀ ਅਮੈਂਡਮੈਂਟ ਆਉਂਦੀਆਂ ਨੇ ਨੋਟੀਫਿਕੇਸ਼ਨ ਆਉਂਦੇ ਨੇ ਉਹ ਸਾਰੇ ਉਹਦੇ ਦੁਆਰਾ ਹੀ ਹੁੰਦੇ ਨੇ ਲੇਕਿਨ ਇੱਥੇ ਜਿਹੜਾ ਹੈ ਬੋਰਡ ਨੂੰ ਵੀ ਮਤਲਬ ਸਾਈਡ ਤੇ ਰੱਖਿਆ ਗਿਆ ਹੈ ਡੀਪੀਆਈ ਐਲੀਮੈਂਟਰੀ ਵੀ ਸਾਈਡ ਤੇ ਹੈ ਔਰ ਰਿਕਰੂਟਮੈਂਟ ਬੋਰਡ ਦੇ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਨੂੰ ਅਥਾਰਟੀ ਨਹੀਂ ਹੈ ਉਹਨਾਂ ਵੱਲੋਂ ਜਿਹੜੇ ਐਮੈਂਡਮੈਂਟ ਦੇ ਨੋਟੀਫਿਕੇਸ਼ਨ ਹੈ ਜਾਂ ਸਮੇਂ-ਸਮੇਂ ਤੇ ਬਹੁਤ ਸਾਰੇ ਨੋਟੀਫਿਕੇਸ਼ਨ ਜਿਹੜੇ ਵਰਗ ਬਦਲਣ ਵਾਲਾ ਆ ਗਿਆ ਹੋਰ ਵੀ ਬਹੁਤ ਸਾਰੇ ਨੋਟੀਫਿਕੇਸ਼ਨ ਹੈ ਜਿਵੇਂ ਐਡਾ ਵੀ ਉਹਨਾਂ ਵੱਲੋਂ ਸਾਰੀਆਂ ਮਾਸਕੀਡਰ ਦੀਆਂ ਜਿਹੜੀਆਂ ਆਈਆਂ ਨੇ ਉਹਨਾਂ ਨੂੰ ਹੈਂਡਲ ਕੀਤਾ ਹੈ ਜਾਂ ਐਂਟੀਟੀ ਦੀ ਆਈ ਹੈ ਜਾਂ ਛਾੜਪੈਂਦੀ ਆਈ ਹੈ ਇਹਨਾਂ ਸਾਰੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਹੁਣ ਇੱਥੇ ਬੋਰਡ ਦੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਐਡਵਰਟਾਈਜ਼ਮੈਂਟ ਨੂੰ ਬਚਾਉਣ ਦੇ ਲਈ ਆਪ ਅੱਗੇ ਆਵੇ ਤੇ ਜਿਹੜੀਆਂ ਉਹਦੀਆਂ ਨਕਾਮੀਆਂ ਨੇ ਨਲੈਕੀਆਂ ਨੇ ਉਹਨਾਂ ਨੂੰ ਮਨਜ਼ੂਰ ਕਰੇ ਔਰ ਜਿਵੇਂ ਮੁਜੱਦਦ ਸਾਹਿਬ ਦੇ ਅੱਗੇ ਜਦੋਂ ਮੁਜੱਦਦ ਸਾਹਿਬ ਨੇ ਉੱਥੇ ਹੀアリング ਦੇ ਵਿੱਚ ਸਵਾਲ ਕੀਤਾ ਕਿ ਇਹਦਾ ਜ਼ਿੰਮੇਵਾਰ ਕੌਣ ਹੈ ਤਾਂ ਉਸ ਸਮੇਂ ਜਿਹੜਾ ਸਰਕਾਰੀ ਵਕੀਲ ਸੀ ਉਹਨੂੰ ਕੋਈ ਜਵਾਬ ਨਹੀਂ ਆਇਆ ਕਿ ਮਤਲਬ ਜਿਹੜੀ ਮੇਨ ਅਥਾਰਟੀ ਹੈ ਉਹਦੇ ਬਾਰੇ ਵਿੱਚ ਉਹ ਦੱਸ ਨਹੀਂ ਸਕੇ ਜਿਹੜਾ ਇਹਨਾਂ ਰਿਕਰੂਟਮੈਂਟ ਦਾ ਰਿਸਪੌਂਸੀਬਲ ਹੈ ਸੋ ਉਹਦੇ ਕਰਕੇ ਜਿਹੜਾ ਹੈ ਜਿਹੜੇ ਸਾਡੇ ਕੇਸ ਲੱਗੇ ਸੀ ਉਹ ਮੈਰਿਟ ਬੇਸ ਉੱਤੇ ਨਿਬੜ ਗਏ ਸੀ ਮੈਰਿਟ ਬੇਸ ਉੱਤੇ 70 ਹੋਈ ਸੀ ਉਹ ਜਸਤ ਸਾਹਿਬ ਵੱਲੋਂ ਅਲਾਉਡ ਹੋ ਗਏ ਨੇ ਕਿ ਰਿਕਰੂਟਮੈਂਟਾਂ ਜਿਹੜੀਆਂ ਸਾਰੀਆਂ ਹੀ ਨੇ ਆਉਣ ਵਾਲੇ ਸਮੇਂ 'ਚ ਵੀ ਹੁਣ ਵੀ ਉਹ ਸਰਵਿਸ ਰੂਲ ਦੇ ਅਕੋਰਡਿੰਗ ਮੈਰਿਟ ਬੇਸ ਜੋ ਸਰਵਿਸ ਰੂਲ ਬੋਲਦੇ ਨੇ ਉਹਦੇ ਅਕੋਰਡਿੰਗ ਹੋਣੀਆਂ ਚਾਹੀਦੀਆਂ ਨੇ ਫਿਰ ਗੱਲ ਆ ਕੇ ਅੜ ਜਾਂਦੀ ਸੀ ਸਿੱਖਿਆ ਵਿਭਾਗ ਦੀ ਨਲਾਕੀ ਦੇ ਉੱਤੇ ਕਿ ਉਹਨਾਂ ਨੂੰ ਅਜੇ ਤੱਕ ਆਪਣੀ ਜਿਹੜੀ ਜਸਟੀਫਿਕੇਸ਼ਨ ਹੈ ਉਹ ਹੀ ਨਹੀਂ ਹਾਈ ਕੋਰਟ ਦੇ ਵਿੱਚ ਦੇ ਸਕੇ ਕਿ ਜਿਹੜੀ ਬੋਰਡ ਦੀ ਅਥਾਰਟੀ ਹੈ ਉਹ ਅਸੀਂ ਮਤਲਬ ਦਿੱਤੀ ਹੋਈ ਹੈ ਸੋ ਇਹ ਜਿਹੜੀ ਹੁਣ ਐਲਪੀਏ ਇੱਕ ਡਿਪਾਰਟਮੈਂਟ ਨੂੰ ਲਾਉਣੀ ਪੈਣੀ ਹੈ ਔਰ ਉਹਦੇ ਵਿੱਚ ਸਾਰੀ ਜ਼ਿੰਮੇਵਾਰੀ ਇਹਨਾਂ ਨੂੰ ਲੈਣੀ ਪੈਣੀ ਹੈ ਕਿ ਬੋਰਡ ਜਿਹੜਾ ਹੈ ਉਹ ਸਾਡੇ ਅੰਡਰ ਹੈ ਔਰ ਸਾਰੀ ਗੱਲ ਜਿਹੜੀ ਉਹਨਾਂ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਐਲਪੀਏ ਦੇ ਜ਼ਰੀਏ ਜਦੋਂ ਰੱਖਣਗੇ ਤੇ ਉਹ ਇੱਕ ਹੱਲ ਹੈ ਉਹਦੇ ਨਾਲ ਜਿਹੜੀ ਸਾਡੀ ਐਡ ਵੱਜ ਜਾਏਗੀ ਸਿਲੈਕਸ਼ਨ ਜਿਹੜੀ ਹੈ ਉਹ ਜਿਵੇਂ ਅੱਗੇ ਐਗਜ਼ਾਮ ਹੋ ਚੁੱਕਾ ਉਹ ਵੀ ਉਹ ਰਹਿ ਜਾਏਗਾ ਔਰ ਐਡ ਜਿਹੜੀ ਹੈ ਉਹਦੇ ਵਿੱਚ ਸੋਧ ਹੋ ਕੇ ਜਿਹੜੀ ਹੈ ਮੈਰਿਟ ਬੇਸ ਸਾਰੀ ਰਿਕਰੂਟਮੈਂਟ ਨਿਭੜ ਸਕਦੀ ਹੈ ਵੱਖ-ਵੱਖ ਸੀਨੀਅਰ ਅਰੋਕੇਟ ਦੀ ਜਿਹੜੀ رائے ਹੈ ਉਹਦੇ ਅਕੋਰਡਿੰਗ ਹੈ ਸਾਰੀਆਂ ਗੱਲਾਂ ਜਿਹੜੀਆਂ ਬਾਹਰ ਆਈਆਂ ਨੇ ਉਹਦੇ ਵਿੱਚ ਇੱਕ ਐਲਪੀਜੀ ਸਾਨੂੰ ਵੀ ਲਾਉਣੀ ਪੈਣੀ ਹੈ ਔਰ ਜਿਹੜੀ ਸਾਡੀ ਐਲਪੀਜੀ ਹੈ ਉਹਦੇ ਵਿੱਚ ਜਿਹੜੀਆਂ ਗਰਾਉਂਡਸ ਨੇ ਨੰਬਰ 1 ਦੇ ਉੱਤੇ ਤੇ ਅਸੀਂ ਬਹੁਤ ਸਾਡੇ ਕੋਲ ਮਜ਼ਬੂਤ ਇੱਕ ਗਰਾਉਂਡ ਹੈ ਜਿੰਨੇ ਵੀ ਮੰਨ ਲਓ 48 49 ਕੇਸ ਇਸ ਰਿਕਰੂਟਮੈਂਟ ਦੇ ਉੱਤੇ ਲੱਗੇ ਆ ਇੱਕ ਵੀ ਐਪਲੀਕੇਸ਼ਨ ਦੇ ਵਿੱਚ ਰਿਕਰੂਟਮੈਂਟ ਨੂੰ ਰੱਦ ਕਰਨ ਦੀ ਗੱਲ ਨਹੀਂ ਕੀਤੀ ਗਈ ਔਰ ਅਸੀਂ ਇਹ ਗੱਲ ਜਿਹੜੀ ਹੈ ਐਲਪੀਏ ਦੁਆਰਾ ਮਾਨਯੋਗ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਦੇ ਉੱਤੇ ਦੇ ਸਕਦੇ ਹਾਂ ਕਿ ਸਾਡੇ ਵੱਲੋਂ ਜਦੋਂ ਐਪਲੀਕੇਸ਼ਨ ਨਹੀਂ ਹੈ ਅਸੀਂ ਤੇ ਹੱਲ ਕਰਨ ਨੂੰ ਇਹ ਜਿਹੜਾ ਮਸਲੇ ਮਾਨਯੋਗ ਹਾਈ ਕੋਰਟ ਵਿੱਚ ਸਾਰੇ ਸਾਥੀਆਂ ਨੇ ਵਕ ਵਕ ਰੈਟ ਪਟੀਸ਼ਨਾਂ ਲਗਾਈਆਂ ਸੀ ਔਰ ਇੱਕ ਤੇ ਇਹ ਹੋ ਗਿਆ ਹੈ ਦੂਸਰਾ ਜਿਹੜਾ ਇਹਦੇ ਵਿੱਚ ਮੇਨ ਆਧਾਰ ਬਣਦਾ ਹੈ ਓਵਰਏਜ ਦਾ ਬਣਦਾ ਹੈ ਹੁਣ ਮੰਨ ਲਓ ਜਿਹੜੇ ਸਾਥੀ ਹੈ ਕੋਈ ਨਵੀਂ ਐਡ ਆਉਂਦੀ ਉਹਦੇ ਵਿੱਚ ਨਵੀਂ ਏਜ ਦੇ ਅਕੋਰਡਿੰਗ ਮਤਲਬ ਜਿਵੇਂ 2021 ਜਾ ਰਿਹਾ ਜੀ ਮਤਲਬ ਇਸ ਮਹੀਨੇ ਦੇ ਵਿੱਚ ਆਉਂਦੀ ਹੈ ਜਾਂ ਅਗਲੇ ਮਹੀਨੇ ਚ ਆਉਂਦੀ ਹੈ ਇੱਕ ਇੱਕ 2021 ਲੈਣਗੇ ਜਿਵੇਂ ਉਹਦੇ ਵਿੱਚ ਇੱਕ ਇੱਕ 2020 ਲਿਆ ਸੀ ਸੋ ਬਹੁਤ ਸਾਰੇ ਸਾਥੀ ਜਿਹੜੇ ਓਵਰੇਜ ਹੋ ਜਾਣਗੇ ਉਹਨਾਂ ਦੀ ਆਪਾਂ ਇਹਦੇ ਵਿੱਚ ਆਧਾਰ ਬਣਾ ਕੇ ਲਗਾ ਸਕਦੇ ਹਾਂ ਔਰ ਇੱਕ ਲੰਬੇ ਸਮੇਂ ਤੋਂ ਅਦਾਲਤ ਵਿੱਚ ਬਹੁਤ ਜ਼ਿਆਦਾ ਹਰਾਸਮੈਂਟ ਡਿਪਾਰਟਮੈਂਟ ਦੀ ਨਲਾਕੀ ਕਰਕੇ ਹੋਈ ਹੈ ਇੱਕ ਬਹੁਤ ਵੱਡਾ ਆਧਾਰ ਸਾਡਾ ਉਹ ਬਣਦਾ ਹੈ ਜਦੋਂ ਉਜਾਦ ਸਾਹਿਬ ਨੇ ਜਿਹੜੀਆਂ ਸਾਡੀਆਂ ਰਿਟ ਪਟੀਸ਼ਨਸ ਨੇ ਉਹਨਾਂ ਨੂੰ ਅਲਾਉਡ ਕੀਤਾ ਹੈ ਵਾਕਿਆ ਜਿਹੜਾ ਇਕੁਐਲਟੀ ਬੇਸ ਦੇ ਉੱਤੇ ਰਿਕਰੂਟਮੈਂਟਾਂ ਹੋਣੀਆਂ ਜਿਹੜੀਆਂ ਲਾਜ਼ਮੀ ਨੇ ਜੋ ਸਮੇਂ ਸਿਰ ਨਿਭੜ ਜਾਣ ਉਹਦੇ ਵਿੱਚ ਸਰਕਾਰ ਨੂੰ ਵੀ ਸ਼ਿਸ਼ਵਾਚੀ ਮਿਲਦੀ ਹੈ ਜੇਕਰ ਸਮੇਂ ਸਿਰ ਰਿਕਰੂਟਮੈਂਟ ਜਿਹੜੀ ਨਿਭੜਦੀ ਹੈ ਸਰਕਾਰ ਦੀਆਂ ਗਲਤ ਨੀਤੀਆਂ ਔਰ ਜੋ ਸਰਕਾਰ ਦੇ ਬੋਰਡ ਨੇ ਉਹਨਾਂ ਵੱਲੋਂ ਜਿਹੜੀ ਅਥਾਰਟੀ ਹੈ ਔਰ ਰਿਕਰੂਟਮੈਂਟ ਬੋਰਡ ਨੂੰ ਨਹੀਂ ਦਿੱਤੀ ਗਈ ਔਰ ਰਿਕਰੂਟਮੈਂਟ ਬੋਰਡ ਆਪਣੀ ਮਰਜ਼ੀ ਦੇ ਨਾਲ ਨੋਟੀਫਿਕੇਸ਼ਨ ਸਾਰੇ ਜਿੰਦਾ ਰਿਹਾ ਹੈ ਇਹ ਸਾਰੇ ਸਵਾਲ ਜੋ ਜੱਜ ਸਾਹਿਬ ਨੇ ਸਵਾਲਿਆਂ ਨਿਸ਼ਾਨ ਲਗਾਏ ਉਦੇ ਕਰਕੇ ਇਹ ਸਾਰੀ ਜਿਹੜੀ ਰਿਕਰੂਟਮੈਂਟ ਹੈ ਉਹ ਹਾਈ ਕੋਰਟ ਦੇ ਵਿੱਚ ਉਲਝ ਗਈ ਹੈ ਔਰ ਇਸ ਤਰ੍ਹਾਂ ਦੇ ਆਰਡਰ ਜਿਹੜੇ ਜੱਜ ਸਾਹਿਬ ਵੱਲੋਂ ਲਿਖਵਾਏ ਗਏ ਹੈ ਔਰ ਇਹਦਾ ਜਿਹੜਾ ਸਿੱਧਾ ਸਿੱਧਾ ਹੱਲ ਹੈ ਉਹ ਰਿਕਰੂਟਮੈਂਟ ਬੋਰਡ ਦੁਆਰਾ ਹੀ ਆਪਣੀ ਗਲਤੀ ਨੂੰ ਸੁਧਾਰ ਕੇ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ ਸੋ ਅੱਜ ਵੀ ਜਿਵੇਂ ਡਿਪਾਰਟਮੈਂਟ ਦੇ ਵਿੱਚ ਮੀਟਿੰਗਸ ਹੋ ਰਹੀਆਂ ਨੇ ਇਸ ਵਿਸ਼ੇ ਦੇ ਉੱਤੇ ਹੀ ਹੋਣਗੀਆਂ ਜੇਕਰ ਉਹ ਇਸ ਦਾ ਹੱਲ ਨਹੀਂ ਦੇਖਦੇ ਤਾਂ ਜਿਹੜੀਆਂ ਰਿਕਰੂਟਮੈਂਟ ਬੋਰਡ ਦੇ ਅਧਿਕਾਰੀਆਂ ਵੱਲੋਂ ਹੋਰ ਰਿਕਰੂਟਮੈਂਟ ਹੋ ਚੁੱਕੀਆਂ ਨੇ ਨਿਭੜ ਚੁੱਕੀਆਂ ਨੇ ਉਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗੇਗਾ ਔਰ ਜੋ ਹੋਣ ਜਾ ਰਹੀਆਂ ਨੇ ਉਹਨਾਂ ਉੱਤੇ ਵੀ ਜਿਹੜਾ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ ਸੋ ਇਸ ਕਰਕੇ ਬੋਰਡ ਦੀਆਂ ਨਲਾਇਕੀਆਂ ਜਿਹੜੀਆਂ ਨੇ ਉਹ ਆਮ ਸਾਰੇ ਸਾਥੀ ਜੇ ਸਿਲੇਕਟਡ ਨੇ ਉਹਨਾਂ ਦੇ ਉੱਤੇ ਹਾਵੀ ਹੋਈਆਂ ਨੇ ਔਰ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜੋ ਸੀਨੀਅਰ ਐਡਵੋਕੇਟਸ ਨੇ رائے ਦਿੱਤੀ ਹੈ ਉਹਦੇ ਅਕੋਰਡਿੰਗ ਬੋਰਡ ਨੂੰ ਇਮੀਡੀਏਟਲੀ ਜਿਹੜੀ ਹੈ ਉਹ ਐਲਪੀਏ ਲਾਉਣੀ ਚਾਹੀਦੀ ਔਰ ਉਹਨਾਂ ਨੇ ਲਾਉਣੀ ਵੀ ਹੈ ਜੇਕਰ ਨਹੀਂ ਲਾਉਂਦੇ ਜਾਂ ਜਿਹੜੀਆਂ ਉਹਨਾਂ ਦੀਆਂ ਹੋਰ ਰਿਕਰੂਟਮੈਂਟ ਨਿਬੜ ਚੁੱਕੀਆਂ ਨੇ ਜਾਂ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਿਬੜਨੀਆਂ ਨੇ ਉਹਨਾਂ ਤੇ ਵੀ ਜਿਹੜਾ ਹੈ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ ਸੋ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਗਰੁੱਪਾਂ ਦੇ ਵਿੱਚ ਬਹੁਤ ਸਾਰੇ ਸਾਥੀ ਜਿਹੜੇ ਹੈ ਉਹ ਇਸ ਚੀਜ਼ ਨੂੰ ਜ਼ਿਆਦਾ ਸਮਝਦੇ ਨਹੀਂ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਵਿਚਾਰ ਜਿਹੜੇ ਹੈ ਜਿਹੜੇ ਇਸ ਮੁੱਦੇ ਦੇ ਉੱਤੇ ਡਿਸਕਸ਼ਨਸ ਹੁੰਦੀਆਂ ਨੇ ਉਹਨੂੰ ਆਧਾਰ ਬਣਾ ਕੇ ਇੱਕ ਦੂਸਰੇ ਨੂੰ ਅਪਸ਼ਬਦ ਬੋਲੇ ਜਾਂਦੇ ਨੇ ਸੋ ਵਾਹਿਗੁਰੂ ਜਿਹੜੇ ਸਾਥੀ ਸਨਮਾਨ ਕਰਦੇ ਨੇ ਸਾਡਾ ਉਹਨਾਂ ਨੂੰ ਵੀ ਪਿਆਰ ਹੈ ਔਰ ਜਿਹੜੇ ਸਾਥੀ ਸਾਨੂੰ ਨਫ਼ਰਤ ਕਰਦੇ ਨੇ ਜਾਂ ਜਿਹੜੇ ਅਪਸ਼ਬਦ ਬੋਲਦੇ ਨੇ ਵਾਹਿਗੁਰੂ ਉਹਨਾਂ ਸਾਰੇ ਸਾਥੀਆਂ ਤੇ ਵੀ ਮਿਹਰ ਪਰਿਆ ਹੱਥ ਰੱਖੇ ਉਹਨਾਂ ਨੂੰ ਵੀ ਬੁੱਧ ਬਖਸ਼ੇ ਸੋ ਸਾਥੀਓ ਹੁਣ ਸਮਾਂ ਲੜਨ ਦਾ ਨਹੀਂ ਹੈ ਉਲਝਣ ਦਾ ਨਹੀਂ ਹੈ ਵਿਚਾਰਤਾ ਰੰਦਾ ਨਹੀਂ ਹੈ ਜੱਜ ਸਾਹਿਬ ਨੇ ਜਿਹੜਾ ਫੈਸਲਾ ਬਹੁਤ ਵਧੀਆ ਮੈਰਿਟ بیس ਲਿਖਵਾਇਆ ਹੈ ਕਿ ਮੈਰਿਟ بیس ਇਹ ਰਿਕਰੂਟਮੈਂਟਾਂ ਜਿਹੜੀਆਂ ਨਬੇੜੀਆਂ ਜਾਣ ਲੇਕਿਨ ਬੋਰਡ ਦੀ ਨਲਾਕੀ ਕਾਰਨ ਉਹਨਾਂ ਨੇ ਉਹਦੇ ਉੱਤੇ ਜਿਹੜਾ ਸਵਾਲੀਆ ਨਿਸ਼ਾਨ ਲਗਾਇਆ ਸੀ ਇਸ ਕਰਕੇ ਐਡਵਰਟਾਈਜ਼ਮੈਂਟ ਰੱਦ ਕੀਤੀ ਉਹ ਸਾਰੇ ਸਾਥੀ ਆਰਡਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਸੋ ਹੁਣ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇੱਕ ਹੋ ਕੇ ਜਿਹੜੀ ਹੈ ਉਹ ਇੱਕ ਐਲਪੀਏ ਲਗਾਈ ਜਾਵੇ ਔਰ ਇਸ ਐਡਵਰਟਾਈਜ਼ਮੈਂਟ ਨੂੰ ਜਿਹੜਾ ਬਚਾਇਆ ਜਾਵੇ ਇਹ ਮੇਰੀ ਸਾਰੇ ਸਾਥੀਆਂ ਨੂੰ ਅੱਜ ਜੋੜ ਕੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹ ਸਾਰੇ ਜਣੇ ਅਸੀਂ ਇੱਕ ਯੂਨਿਟੀ ਦੇ ਹੇਠਾਂ ਲੜੀਏ ਜੋ ਇਸ ਰਿਕਰੂਟਮੈਂਟ ਨੂੰ ਸਮੇਂ ਸਿਰ ਅਸੀਂ ਬਚਾ ਸਕੀਏ ਬਹੁਤ ਬਹੁਤ ਧੰਨਵਾਦ